ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਅਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ ਯੂਟਿਊਬ ਚੈਨਲ ਨਾਲ। ਇਹ 10 ਹਾਊਸ ਪਾਵਰ ਦਾ ਸਿਸਟਮ ਇੰਸਟਾਲ ਕੀਤਾ ਹੈ ਤਤੌਂਦਾ ਫਤਿਹਗੜ੍ਹ ਸਾਹਿਬ। ਇਹ 110 ਫੁੱਟ 'ਤੇ ਮੋਟਰ ਇਸ ਟਾਈਮ ਚੱਲਦੀ ਪਈ ਹੈ ਅਤੇ 3 ਇੰਚੀ ਡਿਲੀਵਰੀ ਹੈ। ਨੈਸਾ ਕੰਪਨੀ ਦੀ ਸੋਲਰ ਸਪੈਸ਼ਲ ਮੋਟਰ ਇੱਥੇ ਵਰਤੀ ਹੈ। ਇਹ ਸਿਸਟਮ ਹਾਈਬ੍ਰਿਡ ਹੈ। ਹਾਈਬ੍ਰਿਡ MPPT ਬੂਸਟਿੰਗ ਡਰਾਈਵ ਦੇ ਨਾਲ INVT ਦੀ ਡਰਾਈਵ ਇੱਥੇ ਯੂਜ਼ ਕੀਤੀ ਗਈ ਹੈ। ਤੁਸੀਂ ਇਹਨੂੰ ਐਮਰਜੈਂਸੀ ਦੇ ਵਿੱਚ ਜਨਰੇਟਰ 'ਤੇ ਜਾਂ ਇਲੈਕਟ੍ਰੀਸਿਟੀ 'ਤੇ ਦੋਨਾਂ 'ਤੇ ਚਲਾ ਸਕਦੇ ਹੋ। ਸਾਡੇ ਸਿਸਟਮ ਦੇ ਵਿੱਚ ਕੁਆਲਿਟੀ ਤੁਹਾਨੂੰ ਪਹਿਲੇ ਨੰਬਰ 'ਤੇ ਮਿਲੇਗੀ। ਵਧੀਆ ਚੰਗੀ ਕੁਆਲਿਟੀ ਦਾ ਸਿਸਟਮ ਇੰਸਟਾਲ ਕਰੀਦਾ ਅਤੇ ਲਗਭਗ ਸਾਰੇ ਸਿਸਟਮਾਂ 'ਤੇ ਹੀ ਤੁਹਾਨੂੰ ਪਾਣੀ ਦਾ ਫੁੱਲ ਪ੍ਰੈਸ਼ਰ ਮਿਲਦਾ। ਇਹ ਸੋਲਰ ਪੰਪ ਜਿੱਥੇ ਇੰਸਟਾਲ ਕੀਤਾ ਹੈ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ। ਗੁਰਦੁਆਰਾ ਸਾਹਿਬ ਦੇ ਖੇਤਾਂ ਵਿੱਚ ਇਹ ਸਿਸਟਮ ਇੰਸਟਾਲ ਕੀਤਾ ਹੈ। ਹੌਟ ਡਿਪ ਦੇ ਪੋਲ ਵਰਤੇ ਗਏ ਨੇ ਅਤੇ ਅਪੋਲੋ ਦਾ PGI ਦਾ ਸਟਰਕਚਰ ਇੱਥੇ ਵਰਤਿਆ ਗਿਆ ਹੈ। ਪੰਜਾਬੀ ਡੈਰੀਮੈਨ ਸੋਲਰ ਅਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਆਪਣੇ ਸਿਸਟਮ ਦੀ ਵਧੀਆ ਕੁਆਲਿਟੀ ਅਤੇ ਚੰਗੀ ਸਰਵਿਸ ਕਰਕੇ। ਸੋਲਰ ਸਿਸਟਮ ਦੀ, ਸੋਲਰ ਪੰਪ ਦੀ ਕੁਆਲਿਟੀ 'ਚ ਅਸੀਂ ਕਦੇ ਕੰਪਰੋਮਾਈਜ਼ ਨਹੀਂ ਕਰਦੇ। INVT ਦੀ ਇੱਥੇ ਡਰਾਈਵ ਵਰਤੀ ਹੈ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਅਪੋਲੋ ਦਾ ਸਟਰਕਚਰ ਅਸੀਂ ਵਰਤਦੇ ਹਾਂ। ਕਦੇ ਵੀ ਨੋਰਮਲ ਕੋਈ ਦੇਸੀ ਸਟਰਕਚਰ ਅਸੀਂ ਨਹੀਂ ਵਰਤਦੇ। ISI ਮਾਰਕ ਹੁੰਦਾ। UTL ਸੋਲਰ ਦੇ ਪੈਨਲ ਵਰਤੇ ਨੇ ਇੱਥੇ। UTL ਸੋਲਰ ਦੇ ਏ ਗ੍ਰੇਡ ਪੈਨਲ ਵਰਤਣੇ ਆ ਅਸੀਂ ਅਤੇ ਇਹਦੇ 'ਚ ਜਿਹੜਾ ਮੇਨ ਰਾਫਟਰ ਹੈ ਇਹ ਅਸੀਂ 75x75 ਦਾ ਲਾਉਂਦੇ ਹਾਂ। ਅਸੀਂ ਕੋਈ ਵੀ ਪਤਲਾ ਜਾਂ ਮਾੜੀ ਕੁਆਲਿਟੀ ਦਾ ਰਾਫਟਰ ਨਹੀਂ ਯੂਜ਼ ਕਰਦੇ। ਇਹਦੀ ਮੋਟਾਈ ਜ਼ਿਆਦਾ ਹੁੰਦੀ ਹੈ, ਅਸੀਂ ਪਤਲਾ ਰਾਫਟਰ ਨਹੀਂ ਵਰਤਦੇ ਇਹਦੇ ਵਿੱਚ, ਕਿਉਂਕਿ ਸੈਂਟਰ ਦਾ ਰਾਫਟਰ ਹੈ, ਇਹ 'ਤੇ ਸਭ ਤੋਂ ਵੱਧ ਲੋਡ ਹੁੰਦਾ, ਸਾਰਾ ਵਜ਼ਨ ਇਸੇ ਦੇ ਉੱਤੇ ਹੁੰਦਾ। ਅਤੇ 60x40 ਦਾ ਇਹ ਸਾਈਡ ਦਾ ਰਾਫਟਰ ਵਰਤਦੇ ਹਾਂ ਆਪਾਂ ਅਤੇ ਕੋਈ ਵੀ ਗੋਲ ਨਹੀਂ ਵਰਤਦੇ ਆਪਾਂ। ਇਹ ਸਾਰੇ ਜਿਹੜੇ ਰਾਫਟਰ ਨੇ ਆਪਾਂ ਸਕੇਅਰ ਲਾਉਂਦੇ ਹਾਂ, ਸਕੇਅਰ ਦੀ ਜਿਹੜੀ ਸਟਰੈਂਥ ਹੈ ਉਹ ਜ਼ਿਆਦਾ ਹੁੰਦੀ ਹੈ। ਜਦੋਂ ਤੋਂ ਕੰਮ ਸਟਾਰਟ ਕੀਤਾ ਕਦੇ ਕੁਆਲਿਟੀ ਘਟੀਆ ਨਹੀਂ ਲਾਈ, ਵਧੀਆ ਸਿਰੇ ਦੀ ਕੁਆਲਿਟੀ ਲਾਈ ਦੀ ਹੈ ਅਤੇ ਚੰਗੀ ਸਰਵਿਸ ਦੇਈ ਦੀ ਹੈ। ਅਸੀਂ ਪੂਰੇ ਸਿਸਟਮ ਦੇ ਵਿੱਚ ਮਸਲਾ ਕੋਸਟ ਦਾ ਨਹੀਂ ਰੱਖਦੇ, ਕਿਉਂਕਿ 30-35-40 ਸਾਲ ਸਿਸਟਮ ਨੇ ਚੱਲਣਾ ਹੈ ਅਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਸੇ ਵੱਲੋਂ ਕੰਪਰੋਮਾਈਜ਼ ਕਰਕੇ ਆਪਾਂ ਕੁਆਲਿਟੀ ਨਹੀਂ ਘਟਾ ਸਕਦੇ। ਕਿ ਜੇ ਪੈਸੇ ਘੱਟ ਕਰਕੇ ਅਤੇ ਆਪਾਂ ਕੁਆਲਿਟੀ ਘਟਾ ਕੇ ਲਾ ਦਈਏ ਅਤੇ ਉਹਦੇ ਵਿੱਚ ਜ਼ਿਮੀਂਦਾਰ ਦਾ ਵੀ ਨੁਕਸਾਨ ਹੈ, ਲੰਮਾ ਸਮਾਂ ਸਿਸਟਮ ਨੇ ਚੱਲਣਾ ਅਤੇ ਪ੍ਰੋਬਲਮ ਆਉਂਦੀ ਹੈ। ਫਿਰ ਜੇ ਇਸ ਟਾਈਮ ਫ੍ਰੈਕੰਸੀ ਦੀ ਗੱਲ ਕਰੀਏ ਤਾਂ 46 ਫ੍ਰੈਕੰਸੀ, ਲਗਭਗ 47 ਫ੍ਰੈਕੰਸੀ ਦੇ ਲਾਗੇ ਤਾਗੇ ਸਿਸਟਮ ਚੱਲਦਾ ਪਿਆ, ਡਰਾਈਵ ਚੱਲਦੀ ਪਈ ਹੈ। 646-640 ਵੋਲਟ ਇਸ ਟਾਈਮ DC ਦੇ ਆਉਂਦੇ ਪਏ ਨੇ ਅਤੇ ਨੈਸਾ ਦੀ ਮੋਟਰ ਇੱਥੇ ਵਰਤੀ ਗਈ ਹੈ। 354 ਵੋਲਟ ਲੈ ਕੇ ਲਗਭਗ 17.5 ਐਂਪੀਅਰ ਦੇ ਆਸ ਪਾਸ ਇਹ ਚੱਲਦੀ ਪਈ ਹੈ ਅਤੇ 2800 RPM 'ਤੇ ਇਹ ਇਸ ਟਾਈਮ ਚੱਲਣ ਰਹੀ ਹੈ। ਸੋ ਇਹ ਪੂਰੀ ਵਧੀਆ ਪਰਫੋਰਮੈਂਸ ਹੈ। 2880-2850 RPM 'ਤੇ ਮੋਟਰ ਚੱਲੇ ਅਤੇ ਪਾਣੀ ਪੂਰਾ ਫੁੱਲ ਕਰ ਜਾਂਦੀ ਹੈ। ਇੱਥੇ 340 ਵਾਟ ਦੇ ਮੋਨੋ ਦੇ ਪੈਨਲ ਲਾਏ ਨੇ, 340 ਵਾਟ ਦੇ UTL ਸੋਲਰ ਦੇ ਮੋਨੋ ਪੈਨਲ ਯੂਜ਼ ਕੀਤੇ ਗਏ ਨੇ ਔਰ 10 ਹਾਊਸ ਪਾਵਰ 'ਤੇ 36 ਪੈਨਲ ਵਰਤੇ ਗਏ ਨੇ, ਲਗਭਗ 12 ਕਿਲੋ ਵਾਟ ਬਣ ਜਾਂਦਾ ਹੈ। ਆਪਾਂ 10 ਹਾਊਸ ਪਾਵਰ 'ਤੇ 36 ਪੈਨਲ ਵਰਤਣੇ ਆ, ਵਧੀਆ ਟਾਈਆਂ ਵਗੈਰਾ ਲਾ ਕੇ ਸਹੀ ਫਿਟਿੰਗ ਕਰਨੀ ਆ, ਕੋਈ ਵੀ ਤੁਹਾਨੂੰ ਤਾਰ ਲਮਕਦੀ ਨਹੀਂ ਮਿਲੇਗੀ, ਕੋਈ ਵੀ ਮਾੜੀ ਕੁਆਲਿਟੀ ਨਹੀਂ ਮਿਲੇਗੀ। ਸੋ ਇਹ ਆਪਣਾ ਸੋਲਰ ਸਿਸਟਮ ਹੈ, 10 ਹਾਊਸ ਪਾਵਰ ਦਾ, ਪਿੰਡ ਤਤੌਂਦਾ ਵਿਖੇ ਇੰਸਟਾਲ ਕੀਤਾ ਹੈ। ਵੱਡੇ ਭਾਅ ਜੀ ਗੁਰਜੀਤ ਸਿੰਘ ਦੀ ਔਨ ਸਾਈਟ ਜੋ ਵੀ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਉਂਦੇ ਹਾਂ, ਬਣੇ ਰਹੋ ਵੀਡੀਓ ਦੇ ਨਾਲ। ਕਿਸਾਨ ਵੀਰੋ, ਸਾਹਮਣੇ ਸਕਰੀਨ ਦੇ ਉੱਤੇ ਜਿਹੜੇ ਤੁਸੀਂ ਇਸ ਵੇਲੇ ਸ਼ਖਸ ਦੇਖ ਰਹੇ ਹੋ ਸਾਡੇ ਨਾਲ ਜੁੜੇ ਨੇ, ਬਾਬਾ ਜੀ ਗੁਰਦੁਆਰਾ ਸਾਹਿਬ ਜਿਹੜੇ ਸੇਵਾ ਕਰਦੇ ਆ, ਸਰਦਾਰ ਜਿੰਦਰ ਸਿੰਘ ਜੀ ਅਤੇ ਨਾਲ ਬਾਈ ਜੋਰਾ ਸਿੰਘ ਅਤੇ ਨਾਲ ਬਾਈ ਕੁਲਵਿੰਦਰ ਜੀ ਅਤੇ ਨਾਲ ਬਾਈ ਜੰਗ ਸਿੰਘ ਜੀ। ਸੋ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲ, ਕੀ ਪਰਫੋਰਮੈਂਸ ਪੰਪ ਦੀ, ਕਿਵੇਂ ਇਹਨਾਂ ਨੂੰ ਲੱਗਿਆ, ਆਪਾਂ ਸ਼ੁਰੂ ਕਰਦੇ ਹਾਂ ਬਾਬਾ ਜੀ ਤੋਂ। ਜਿੰਦਰ ਸਿੰਘ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਬਹੁਤ ਸਾਰੇ ਕਿਸਾਨ ਵੀਰ ਦੇਖ ਰਹੇ ਨੇ ਜੀ ਅਤੇ ਬਸ ਅਸੀਂ ਹਮੇਸ਼ਾ ਇੱਕ ਬੇਨਤੀ ਕਰ ਦਿੰਦੇ ਹਾਂ ਵੀ ਜੋ ਫੀਲ ਕਰ ਰਹੇ ਹੋ, ਮਹਿਸੂਸ ਕਰ ਰਹੇ ਹੋ, ਬਸ ਉਹੀ ਦੱਸਿਓ ਜੀ, ਕਿਵੇਂ ਲੱਗਿਆ? ਮਹਾਰਾਜ ਦੀ ਕਿਰਪਾ ਹੋ ਗਈ, ਬਹੁਤ ਹੀ ਪਾਣੀ ਬਹੁਤ ਵਧੀਆ ਲੱਗਿਆ ਸਾਨੂੰ, ਬਹੁਤ ਅਸੀਂ ਕਦੇ ਦੇਖ ਰਹੇ ਤੇ ਜੀ, ਮੋਟਰ ਲੱਗ ਜਾਏ ਵਧੀਆ ਜੀ ਜੀ, ਪਾਣੀ ਨਾਲ ਸਾਥਣ ਹੁੰਦੀ ਆ ਵਧੀਆ, ਹੋ ਜਾਂਦਾ ਬਿਲਕੁਲ ਜੀ, ਗੁਰੂ ਘਰ ਦੀ ਸੇਵਾ ਚੱਲਦੀ ਆ ਵਧੀਆ ਜੀ ਜੀ ਜੀ। ਇਹਨਾਂ ਬਾਈਆਂ ਦਾ ਬਹੁਤ ਧੰਨਵਾਦ ਜੀ, ਪਾਣੀ ਮੋਟਰ ਲਾ ਕੇ ਬਹੁਤ ਵਧੀਆ ਹੋ ਗਿਆ।
ਸ਼ੁਕਰੀਆ, ਮਿਹਰਬਾਨੀ ਸਰ, ਅਰਦਾਸ ਕਰਿਓ ਸਾਨੂੰ ਕਿਸਾਨ ਦੋਸਤ ਸਾਨੂੰ ਇੱਦਾਂ ਹੀ ਪਿਆਰ ਸਤਿਕਾਰ ਦਿੰਦੇ ਰਹਿਣ ਅਤੇ ਬੜੀ ਮਿਹਰਬਾਨੀ। ਅਤੇ ਮੇਰੇ ਨਾਲ ਬਾਈ ਜੋਰਾ ਜੀ, ਬਾਈ ਜੀ ਆਪਣੀ ਸ਼ੁਰੂ ਤੋਂ ਗੱਲ ਚੱਲ ਰਹੀ ਆ, ਸਾਨੂੰ ਤੁਹਾਡੇ ਨਾਲ ਬਾਬਾ ਜੀ ਨਾਲ ਹੀ ਸੀਗੇ ਅਤੇ ਤੁਸੀਂ ਸਾਡੇ ਟਰੱਸਟ ਕੀਤਾ, ਪਹਿਲਾਂ ਤੁਹਾਡਾ ਧੰਨਵਾਦ ਸਾਰਿਆਂ ਦਾ ਹੈ ਨਾ। ਅਤੇ ਪਰਫਾਰਮੈਂਸ ਕਿਵੇਂ ਆ ਪੰਪ ਜੀ, ਤੁਹਾਨੂੰ ਕੀ ਲੱਗਦਾ? ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਡੇ ਨਾਲ ਬਹੁਤ ਵਧੀਆ ਤੁਸੀਂ ਡੀਲਿੰਗ ਕੀਤੀ ਆ, ਬਹੁਤ ਵਧੀਆ ਸਾਨੂੰ ਪਾਣੀ ਲੱਗਿਆ ਜਿੰਨਾ ਤੁਸੀਂ ਕਹਿੰਦੇ ਅਤੇ ਉਦੋਂ ਸਾਨੂੰ ਵੱਧ ਖੁਸ਼ੀ ਹੋਈ ਹੈ ਵੀ ਜਿੰਨਾ ਪਾਣੀ ਤੁਸੀਂ ਕਹਿ ਰਹੇ ਹੋ ਉਦੋਂ ਵੱਧ ਪਾਣੀ ਮਿਲਿਆ। ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ, ਮਿਹਰਬਾਨੀ। ਬਾਈ ਜੀ ਕੁਲਵਿੰਦਰ ਜੀ, ਤੁਹਾਡਾ ਪਿੰਡ ਵੀ ਤਾਂ ਧੌਂਦਾ ਹੀ ਆ? ਬਾਲਪੁਰਾ ਹੀ ਆ। ਅੱਛਾ, ਬਾਲਪੁਰਾ ਤੁਹਾਡਾ, ਠੀਕ ਹੈ ਠੀਕ। ਦੇਖਿਆ ਤੁਹਾਡੀ ਬਹੁਤ ਵਧੀਆ ਸਹੂਲਤ ਦਿੱਤੀ ਹੈ ਜੀ ਤੁਸੀਂ, ਬਹੁਤ ਵਧੀਆ ਚਲਾਈ, ਦੇਖੋ ਉੱਧਰ ਪੰਪ ਵੀ ਚੱਲ ਰਿਹਾ ਜੀ ਆਪਣਾ, ਐਨ ਵਧੀਆ ਪਾਣੀ ਹੈ ਜੀ, ਬਹੁਤ ਵਧੀਆ ਆ ਗਏ ਐਨ ਚੰਗੀ ਤਰ੍ਹਾਂ ਆ ਗਏ, ਤਾਂ ਪੈਨਲ ਫਿੱਟ ਕਰੇ ਜੀ ਪਹਿਲਾਂ ਆ ਗਏ, ਥੱਲੇ ਤੁਸੀਂ ਅੱਗੇ ਆ ਗਏ, ਹੁਣ ਆਪਣਾ ਕੀਮਤੀ ਸਮਾਂ ਕੱਢ ਕੇ ਪੰਪ ਚਾਲੂ ਕਰਿਆ ਜੀ, ਬਹੁਤ ਵਧੀਆ ਲੱਗੇ ਜੀ ਤੁਹਾਡੀ ਸਹੂਲਤ। ਧੰਨਵਾਦ ਬਾਈ, ਮਿਹਰਬਾਨੀ। ਜੰਗ ਜੀ, ਸਤਿ ਸ਼੍ਰੀ ਅਕਾਲ ਬਾਈ, ਠੀਕ ਹੈ ਕੰਮ? ਹਾਂ ਜੀ, ਬਹੁਤ ਵਧੀਆ ਕੰਮ, ਬਹੁਤ ਵਧੀਆ ਪਸੰਦ ਆਇਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਕੋਈ ਕਮੀ ਕੋਈ ਲੱਗਦੀ ਹੋਵੇ? ਕੋਈ ਕਮੀ ਨਹੀਂ ਜੀ, ਬਹੁਤ ਵਧੀਆ, ਬਹੁਤ ਖੁਸ਼ ਆਏ ਜੀ, ਪਾਣੀ ਬਹੁਤ ਵਧੀਆ, ਬਹੁਤ ਪਾਣੀ ਹੈ ਜੀ। ਚਲੋ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ, ਬੜੀ ਮਿਹਰਬਾਨੀ ਸਰ, ਸ਼ੁਕਰੀਆ 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 ਜੀ, ਸਾਰਾ ਤੁਹਾਡੇ ਸਾਰੇ ਦੋਸਤ ਮਿੱਤਰ ਧੰਨਵਾਦ ਜੀ। ਸੋ ਕਿਸਾਨ ਵੀਰੋ, ਇਹ ਸੀ ਬਾਈ ਜੀ ਹੋਰ, ਬਾਬਾ ਜੀ ਹੋਰ ਜਿਨ੍ਹਾਂ ਦੇ ਆਪਾਂ ਸਿਸਟਮ ਫਿੱਟ ਕੀਤਾ, ਮੈਂ ਤੁਹਾਨੂੰ ਫਿਰ ਰਿਪੀਟ ਕਰ ਦੇਵਾਂ, ਗੁਰਦੁਆਰਾ ਸਾਹਿਬ ਦੀ ਜਗ੍ਹਾ ਇੱਥੇ ਇਹਨਾਂ ਦੀ ਜ਼ਮੀਨ ਹੈ, ਸੋ ਆਪਾਂ ਇੱਥੇ ਪੰਪ ਚਾਲੂ ਕੀਤਾ ਅਤੇ ਇੱਕ ਵਾਰੀ ਫਿਰ ਤੋਂ ਮੈਂ ਚਾਹੁੰਦਾ ਤੁਹਾਨੂੰ ਪਾਣੀ ਦਿਖਾ ਦੇਵਾਂ। ਅਤੇ ਜੇ ਤੁਸੀਂ ਵੀ ਕੋਈ ਸਿਸਟਮ ਸਾਡੇ ਕੋਲ ਲਾਉਣਾ ਚਾਹੁੰਦੇ, ਸਾਡੇ ਨਾਲ ਤੁਸੀਂ ਦਿੱਤੇ ਸੰਪਰਕ ਨੰਬਰਾਂ 'ਤੇ ਸੰਪਰਕ ਕਰ ਸਕਦੇ ਜਿਹੜਾ ਸਕਰੀਨ 'ਤੇ ਚੱਲ ਰਹੇ ਆ। ਆਪਾਂ ਹਮੇਸ਼ਾ ਹੀ ਏ ਗ੍ਰੇਡ 'ਚ ਕੰਮ ਕਰਦੇ ਹਾਂ, ਚੰਗੀ ਕੁਆਲਿਟੀ 'ਚ ਵਿਸ਼ਵਾਸ ਰੱਖਦੇ ਹਾਂ, ਅਤੇ ਸੇਲ ਕਰਨ ਤੋਂ ਬਾਅਦ ਸਰਵਿਸ ਵੀ ਤੁਹਾਨੂੰ ਪ੍ਰੋਪਰ ਦਿੰਦੇ ਹਾਂ, ਕਿਉਂਕਿ ਟੈਕਨੀਕਲੀ ਮੈਂ ਸਾਰੀ ਚੀਜ਼ਾਂ ਮੈਂ ਦੇਖਦਾ, 32 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ, ਸਮਰਸੀਬਲ ਲਾਈਨ ਦੇ ਵਿੱਚ, ਜਦੋਂ ਪੰਜਾਬ ਦੇ ਸਮਰਸੀ ਲੱਗਣਾ ਸ਼ੁਰੂ ਹੋਇਆ ਆਪਾਂ ਉਦੋਂ ਤੋਂ ਕੰਮ ਕਰਦੇ ਹਾਂ। ਸੋ ਤੁਸੀਂ ਵੀ ਕੋਈ ਸਿਸਟਮ ਲਾਉਣਾ ਤਾਂ ਸਾਡੇ ਨਾਲ ਬੇਚਿਜਕ ਸੰਪਰਕ ਕਰ ਸਕਦੇ ਹੋ। ਇੱਕ ਗੱਲ ਹੋਰ, ਜੇ ਤੁਸੀਂ ਸਿਸਟਮ ਕਿਤੋਂ ਹੋਰ ਤੋਂ ਖਰੀਦ ਲਿਆ ਲੇਕਿਨ ਕੋਈ ਦਿੱਕਤ ਤੁਹਾਨੂੰ ਆ ਰਹੀ ਹੈ, ਤਾਂ ਤੁਸੀਂ ਸਾਡੇ ਨਾਲ ਬੇਚਿਜਕ ਸੰਪਰਕ ਕਰ ਸਕਦੇ ਹੋ। ਸਿਸਟਮ ਤੁਸੀਂ ਭਾਵੇਂ ਕਿਤੋਂ ਵੀ ਲਵਾਇਆ ਹੋਵੇ, ਜੇ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਤੁਹਾਨੂੰ ਉਹ ਸਿਸਟਮ ਤੁਹਾਡਾ ਠੀਕ ਕਰਕੇ ਦੇਵਾਂਗੇ, ਚਲਾ ਕੇ ਦੇਵਾਂਗੇ। ਸੋ ਇੰਨੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਸੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ, ਤੁਸੀਂ ਬਹੁਤ ਸਾਰਾ ਮਾਣ ਸਤਿਕਾਰ ਦਿੰਦੇ ਹੋ। ਮਿਲਦੇ ਹਾਂ ਦੋਸਤੋ ਕਿਸੇ ਨਵੀਂ ਜਗ੍ਹਾ ਦੇ ਉੱਤੇ, ਕਿਸੇ ਨਵੀਂ ਵੀਡੀਓ ਦੇ ਵਿੱਚ, ਉਦੋਂ ਤੱਕ ਲਈ ਸਾਰੇ ਦੋਸਤ ਮਿੱਤਰਾਂ ਨੂੰ ਇੱਕ ਵਾਰੀ ਫਿਰ ਤੋਂ ਸਤਿ ਸ਼੍ਰੀ ਅਕਾਲ, ਸ਼ੁਕਰੀਆ, ਜਿਉਂਦੇ ਵੱਸਦੇ ਰਹੋ।